ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਪਲਵਾਨਾਂ ਨਾਲ ਸਰੀਰਕ ਸ਼ੋਸ਼ਣ ਮਾਮਲੇ ਵਿੱਚ ਬ੍ਰਿਜ ਭੂਸ਼ਨ ਖਿਲਾਫ ਚਾਰਾ ਸ਼ੀਟ ਦਾਇਰ ਬ੍ਰਿਜ ਭੂਸ਼ਨ ਨੂੰ ਕਲੀਨ ਚਿੱਟ ਆਸਟ੍ਰੇਲੀਆ ਦੀ ਐਮਪੀ ਨੇ ਸੰਸਦ ਵਿੱਚ ਇੱਕ ਹੋਰ ਐਮਪੀ ਵੱਲੋਂ ਸਰੀਰਕ ਸ਼ੋਸ਼ਣ ਦੇ ਲਗਾਏ ਗੰਭੀਰ ਦੋਸ਼ ਐਸਜੀ ਪੀਸੀ ਦੇ ਸੱਦੀ ਐਮਰਜੈਂਸੀ ਮੀਟਿੰਗ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਏ ਜਾਣ ਦੀ ਚਰਚਾ ਪੰਜਾਬ ਵਿੱਚ ਜਾਲੀ ਦਸਤਾਵੇਜ਼ ਬਣਾ ਕੇ ਦਲਿਤ ਬਣੇ ਲੋਕਾਂ ਦਾ ਪਰਦਾਫਾਸ਼ ਲੁਧਿਆਣਾ ਲੁੱਟ ਕਾਂਡ ਦੇ 75 ਲੱਖ ਰੁਪਏ ਹੋਰ ਬਰਾਮਦ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਅੱਜ ਦੇ ਪ੍ਰੋਗਰਾਮ ਦੌਰਾਨ ਸ਼ਾਮਲ ਕਰਾਂਗੇ ਇਹਦੇ ਤੋਂ ਪਹਿਲਾਂ ਇਹਨਾਂ ਦੇ ਉੱਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਜੇਕਰ ਚੰਗਾ ਲੱਗਿਆ ਫਿਰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਕੰਟੀ ਜ਼ਰੂਰ ਔਨ ਕਰ ਲੈਣੀ ਸਭ ਤੋਂ ਅਹਿਮ ਤੇ ਵੱਡੀ ਖਬਰ ਹੈ ਕਿ ਪਲਵਾਨਾਂ ਦੇ ਵੱਲੋਂ ਸ਼ੋਸ਼ਣ ਉਹਨਾਂ ਦਾ ਜਿਹੜਾ ਕੀਤਾ ਗਿਆ ਉਹਦੇ ਦੋਸ਼ ਤੇ ਦੋਸ਼ ਬੜੇ ਗੰਭੀਰ ਲਾਏ ਗਏ ਸੀ ਉਸ ਮਾਮਲੇ ਵਿੱਚ ਉਹਨਾਂ ਨੂੰ ਪ੍ਰਦਰਸ਼ਨ ਤੱਕ ਕਰਨਾ ਪਿਆ ਸੀ ਪਰ ਹੁਣ ਜਾਣਕਾਰੀ ਹੈ ਕਿ ਦਿੱਲੀ ਪੁਲਿਸ ਨੇ ਸਰੀਰਕ ਸ਼ੋਸ਼ਣ ਦੇ ਇਸ ਮਾਮਲੇ ਦੇ ਵਿੱਚ ক্লোਜ਼ਰ ਰਿਪੋਰਟ ਦਰਜ ਕਰ ਦਿੱਤੀ ਹੈ ਪੁਲਿਸ ਨੇ 550 ਸਫਿਆਂ ਦੀ ਇਹ ਰਿਪੋਰਟ ਪਟਿਆਲਾ ਹਾਊਸ ਅਦਾਲਤ ਦੇ ਵਿੱਚ ਦਾਇਰ ਕੀਤੀ ਜਦੋਂ ਕਿ 6 ਬਾਲਕ ਪਲਵਾਨਾਂ ਦੇ ਸਰੀਰਕ ਸ਼ੋਸ਼ਣ ਦੇ ਮਾਮਲੇ ਦੇ ਵਿੱਚ ਦਿੱਲੀ ਦੀ ਇੱਕ ਹੋਰ ਅਦਾਲਤ ਦੇ ਵਿੱਚ ਲਗਭਗ 1000 ਪੰਨਿਆਂ ਦੀ ਚਾਰਾ ਸ਼ੀਟ ਪੇਸ਼ ਕਰ ਦਿੱਤੀ ਹੈ। ਭਾਵ ਕੁੱਲ ਮਿਲਾ ਕੇ 1500 ਪੰਨੇ ਬਣਦੇ ਐ। ਇਹ ਵੀ ਜਾਣਕਾਰੀ ਮਿਲੀ ਹੈ ਕਿ ਸਹਾਇਕ ਸਕੱਤਰ ਵਿਨੋਦ ਤੋਮਰ ਦਾ ਨਾਮ ਵੀ ਮਲਜ਼ਮਾਂ ਦੇ ਵਿੱਚ ਸ਼ਾਮਲ ਹੈ। ਚਾਰਾ ਸ਼ੀਟ ਦੇ ਵਿੱਚ ਪਲਵਾਨਾਂ ਦੇ ਮੈਜਿਸਟ੍ਰੇਟ ਦੇ ਸਾਹਮਣੇ ਦਿੱਤੇ ਗਏ ਬਿਆਨਾਂ ਨੂੰ ਅਹਿਮ ਆਧਾਰ ਦੱਸਿਆ ਗਿਆ ਹੈ। ਬ੍ਰਿਜ ਭੂਸ਼ਣ ਦੇ ਖਿਲਾਫ ਜਿਹੜੇ 7 ਗਵਾਹ ਪਾਏ ਗਿਆ ਹੈ ਉਹਦੇ ਨਾਲ ਹੀ ਸਰੀਰਕ ਸ਼ੋਸ਼ਣ ਦੇ ਕਥਿਤ ਸਥਾਨ ਕਿਹੜੇ ਸੀ ਉਹਨਾਂ ਦੀ ਮੌਜੂਦਗੀ ਦੇ ਸਬੂਤ ਉਹ ਵੀ ਦੱਸਿਆ ਜਾ ਰਿਹਾ ਕਿ ਦਿੱਤੇ ਗਏ ਨੇ ਦਰਅਸਲ ਤੁਹਾਨੂੰ ਸ਼ਾਇਦ ਯਾਦ ਹੋਵੇ ਕਿ 21 ਅਪ੍ਰੈਲ ਨੂੰ ਸੱਤ ਮਹਿਲਾ ਪਲਵਾਨਾਂ ਨੇ ਬ੍ਰਿਜ ਭੂਸ਼ਣ ਦੇ ਖਿਲਾਫ ਦਿੱਲੀ ਪੁਲਿਸ ਨੂੰ ਸਰੀਰਕ ਸ਼ੋਸ਼ਣ ਦੀ ਇੱਕ ਸ਼ਿਕਾਇਤ ਦਿੱਤੀ ਸੀ ਦਿੱਲੀ ਪੁਲਿਸ ਨੇ 28 ਅਪ੍ਰੈਲ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਦੋ ਐਫ ਆਈ ਆਰ ਦਰਜ ਕੀਤੀਆਂ ਸੀ ਪਹਿਲਾ ਮਾਮਲਾ 6 ਬਾਲਗ ਪਲਵਾਨਾਂ ਦੇ ਨਾਲ ਜੁੜਿਆ ਹੋਇਆ ਹੈ। ਉਹਨਾਂ ਦੀ ਸ਼ਿਕਾਇਤ ਸੀ ਜਦ ਕਿ ਇੱਕ ਜਿਹੜੀ ਮਹਿਲਾ ਪਲਵਾਨ ਉਹ ਨਾਬਾਲਗ ਦੱਸੀ ਜਾਂਦੀ ਸੀ। ਉਹਦੀ ਸ਼ਿਕਾਇਤ ਤੇ ਮੁਕੱਦਮਾ ਦਰਜ ਕੀਤਾ ਗਿਆ ਸੀ ਭਾਵ 2 ਐਫ ਆਈ ਆਰ ਦਰਜ ਹੋਈਆਂ ਸੀ। ਨਾਬਾਲਗ ਪਲਵਾਨ ਦੇ ਮਾਮਲੇ ਦੇ ਵਿੱਚ ਦਿੱਲੀ ਪੁਲਿਸ ਨੇ ਕੈਂਸਲੇਸ਼ਨ ਰਿਪੋਰਟ ਦੇ ਵਿੱਚ ਕਿਹਾ ਕਿ ਜਾਂਚ ਵਿੱਚ ਸਰੀਰਕ ਸ਼ੋਸ਼ਣ ਦਾ ਕੋਈ ਸਬੂਤ ਮਿਲਿਆ ਨਹੀਂ ਭਾਵ ਕਲੀਨ ਚਿੱਟ ਦੇ ਦਿੱਤੀ ਗਈ ਹੈ। ਇਸ ਲਈ ਕਹਿੰਦੇ ਅਸੀਂ ਇਸ ਕੇਸ ਨੂੰ ਬੰਦ ਕਰ ਰਹੇ ਹਾਂ। ਦਿੱਲੀ ਪੁਲਿਸ ਦੀ ਬੁਲਾਰਨ ਸੁਮਨ ਨਲਵਾ ਨੇ ਕਿਹਾ ਕਿ ਪੋਕਸੋ ਮਾਮਲੇ ਦੇ ਵਿੱਚ ਅਸੀਂ ਅਦਾਲਤ ਨੂੰ ਸ਼ਿਕਾਇਤ ਕਰਤਾ ਦੇ ਬਿਆਨਾਂ ਦੇ ਆਧਾਰ ਤੇ ਕੇਸ ਰੱਦ ਕਰਦੀ ਅਪੀਲ ਕਰ ਦਿੱਤੀ ਹੈ ਦੱਸਣਾ ਬਣਦਾ ਕਿ ਨਵਾਲਗ ਪਲਵਾਰ ਨੇ ਬ੍ਰਿਜ ਭੂਸ਼ਣ ਦੇ ਉੱਤੇ ਪਹਿਲਾਂ ਸਰੀਰਕ ਸ਼ੋਸ਼ਣ ਦੇ ਦੋਸ਼ ਲਾਏ ਸੀ ਬੜੇ ਗੰਭੀਰ ਦੋਸ਼ ਸੀ ਪਰ ਬਾਅਦ ਵਿੱਚ ਸ਼ਾਇਦ ਕਿਸੇ ਦਬਾਅ ਦੇ ਕਾਰਨ ਡਰ ਦੇ ਕਾਰਨ ਉਹਨਾਂ ਨੇ ਆਪਣਾ ਬਿਆਨ ਬਦਲ ਲਿਆ ਸੀ ਨਵਾਲਕ ਪਰਵਾਰ ਨੇ ਕਿਹਾ ਸੀ ਕਿ ਉਸ ਦਾ ਸਰੀਰ ਕੁਸ਼ੋਸ਼ਣ ਨਹੀਂ ਹੋਇਆ ਪਰ ਬ੍ਰਿਜ ਭੂਸ਼ਣ ਨੇ ਕੁਸ਼ਤੀ ਦੇ ਇੱਕ ਮੁਕਾਬਲੇ ਦੌਰਾਨ ਉਸਤੇ ਨਾਲ ਵਿਤਕਰਾ ਕੀਤਾ ਸੀ ਤੇ ਉਹਦਾ ਹੀ ਮੈਨੂੰ ਗੁੱਸਾ ਸੀ ਇਹ ਉਹਨੇ ਅਤੇ ਉਹਨਾਂ ਦੇ ਪਿਤਾ ਜੀ ਨੇ ਬਿਆਨ ਆਪਣੇ ਬਦਲ ਲਏ ਸੀ ਅਦਾਲਤ ਦੇ ਵਿੱਚ ਦੋ ਵਾਰ ਨਵਾਲਕ ਪਰਵਾਰ ਦੇ ਬਿਆਨ ਦਰਜ ਕੀਤੇ ਗਏ ਸੀ ਇਸ ਮਾਮਲੇ ਦੇ ਵਿੱਚ ਹੁਣ ਸੁਣਵਾਈ ਹੈ ਜਿਹੜੀ 4 ਜੁਲਾਈ ਨੂੰ ਹੋਵੇਗੀ ਹੁਣ ਅਦਾਲਤ ਤੈਅ ਕਰੇਗੀ ਕਿ ਬ੍ਰਿਜ ਭੂਸ਼ਣ ਦੇ ਖਿਲਾਫ ਪੋਕਸੋ ਐਕਟ ਦੇ ਤਹਿਤ ਮਕਦਮਾ ਚੱਲੇਗਾ ਜਾਂ ਫਿਰ ਨਹੀਂ ਪਰ ਦਿੱਲੀ ਪੁਲਿਸ ਦੀ ਬੁਲਾਰਨ ਸੁਮਨ ਨਲਵਾ ਨੇ ਕਿਹਾ ਕਿ 6 ਬਾਲਕ ਪਲਵਾਨਾਂ ਦੇ ਮਾਮਲੇ ਦੇ ਵਿੱਚ ਅਸੀਂ ਬ੍ਰਿਜ ਭੂਸ਼ਣ ਸ਼ਰਣ ਸਿੰਘ ਦੇ ਖਿਲਾਫ ਧਾਰਾ 354 354ਏ ਅਤੇ ਡੀ ਦੇ ਤਹਿਤ ਚਾਰ ਰੈਸ਼ੀਟ ਦਰਕਰ ਦਿੱਤੀ ਹੈ। ਵਿਨੋਦ ਤੋਮਰ ਦੇ ਵਿਰੁੱਧ ਧਾਰਾ 109 354 354ਏ ਅਤੇ 506 ਤਹਿਤ ਤਾਰਸ਼ੀਟ ਦਾਇਰ ਕੀਤੀ ਗਈ ਹੈ। ਇਸ ਮਾਮਲੇ ਦੀ ਸੁਣਵਾਈ ਹੈ ਜਿਹੜੀ ਉਹ 22 ਜੂਨ ਨੂੰ ਨਿਰਧਾਰਤ ਕੀਤੀ ਗਈ ਹੈ ਦੱਸਿਆ ਗਿਆ ਕਿ ਚਾਰ ਸ਼ੀਟਸ ਦੇ ਵਿੱਚ 19 ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਹੈ ਜਿਨ੍ਹਾਂ ਵਿੱਚ ਪੀੜਤ ਪਲਵਾਨ ਉਹਨਾਂ ਦੇ ਰਿਸ਼ਤੇਦਾਰ ਤਤਕਾਲੀ ਕੋਚ ਤਤਕਾਲੀ ਫਿਜ਼ੀਓਥੈਰੇਪਿਸਟ ਮਾਲਿਸ਼ ਕਰਨ ਵਾਲਾ ਜਿਹੜੇ ਨਾਲ ਤੇ ਇਨ੍ਹਾਂ ਦੇ ਪਲਵਾਨ ਸੀ ਉਹ ਭਾਵ ਸਾਹਿਬ ਪਲਵਾਨ ਕੁਝ ਪ੍ਰਬੰਧਕ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ਦਾ ਕਰਮਚਾਰੀ ਹੈ ਅਤੇ ਕੁਝ ਆਮ ਲੋਕ ਵੀ ਦੱਸੇ ਜਾ ਰਹੇ ਨੇ ਕੁੱਲ ਗਿਣਤੀ ਇਹਨਾਂ ਦੀ 19 ਦੱਸੀ ਜਾ ਰਹੀ ਹੈ। ਦਿੱਲੀ ਪੁਲਿਸ ਦੇ ਵੱਲੋਂ ਦਰਜ ਕੀਤਾ ਗਿਆ ਇਹ ਪਹਿਲਾ ਆਪਣੀ ਕਿਸਮ ਦਾ ਮਾਮਲਾ ਹੈ ਜਿਸ ਦੇ ਵਿੱਚ ਇੰਨੇ ਘੱਟ ਗਵਾਹ ਰੱਖੇ ਗਏ ਹੋਣ। ਜਦੋਂ ਕਿ ਇਸ ਵਾਸਤੇ ਇਹ ਦੱਸਿਆ ਜਾ ਰਿਹਾ ਕਿ 10 ਸਾਲ ਪੁਰਾਣਾ ਮਾਮਲਾ ਹੈ। ਇਸ ਮਾਮਲੇ ਦੇ ਵਿੱਚ ਪੁਲਿਸ ਕੋਲ ਗਵਾਹੀ ਦੇਣ ਲਈ ਕੋਈ ਤਿਆਰ ਹੀ ਨਹੀਂ ਸੀ। ਸ਼ਾਇਦ ਦੂਸਰੇ ਪਾਸੇ ਇੱਕ ਬਾਹੂਬਲੀਸੀ ਦਾ ਕਾਰਨ ਇਹ ਵੀ ਹੋ ਸਕਦਾ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਪੁਲਿਸ ਦੇ ਵੱਲੋਂ 210 ਤੋਂ ਵੱਧ ਗਵਾਹਾਂ ਤੋਂ ਪੁੱਛਗਿੱਛ ਕੀਤੀ ਗਈ ਸੀ ਚਾਰਾ ਸ਼ੀਟ ਦੇ ਵਿੱਚ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੀ ਓਵਰਸਾਈਟ ਰਿਪੋਰਟ ਵੀ ਸ਼ਾਮਲ ਕੀਤੀ ਗਈ ਹੈ ਕੁੱਲ ਮਿਲਾ ਕੇ ਪੁਲਿਸ ਨੇ ਤਫ਼ਤੀਸ਼ ਦੇ ਦੌਰਾਨ ਸਾਹਮਣੇ ਆਏ ਤੱਥਾਂ ਦੇ ਆਧਾਰ ਤੇ ਹੀ ਧਾਰਾ 161 ਅਤੇ 166 ਤੇ ਹੋਰ ਬਹੁਤ ਖਿੱਚਵਾ ਦੇ ਕੰਮ ਕੀਤਾ ਪਲਵਾਨਾਂ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਇਹ ਚਾਰਾ ਸ਼ੀਟ ਦਰਜ ਕਰ ਦਿੱਤੀ ਗਈ ਹੈ ਇਹ ਵੀ ਦੱਸਿਆ ਜਾ ਰਿਹਾ ਕਿ ਚਾਰ ਸ਼ੀਟ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਵੀ ਠੋਸ ਸਬੂਤ ਸ਼ਾਮਲ ਨਹੀਂ ਕੀਤਾ ਗਿਆ ਜਿਸ ਤੇ ਆਧਾਰ ਤੇ ਇਹ ਮਾਮਲਾ ਅਦਾਲਤ ਵਿੱਚ ਸਟੈਂਡ ਕਰ ਸਕੇ ਇਹਦਾ ਮਤਲਬ ਇੱਕ ਕਿਸਮ ਦਾ ਉਹਨੂੰ ਬਚਾ ਲਿਆ ਗਿਆ ਬਾਲਗ ਪਲਵਾਨ ਕੇਸ ਦੀ ਚਾਰ ਸ਼ੀਟ ਦੇ ਵਿੱਚ ਜਿਹੜੀਆਂ 5 ਅਹਿਮ ਗੱਲਾਂ ਨੇ 5 ਨੁਕਤੇ ਨੇ ਮੈਂ ਇੱਕ ਇੱਕ ਕਰਕੇ ਮੈਂ ਤੁਹਾਡੇ ਨਾਲ ਉਹ ਸਾਂਝੇ ਕਰਨੇ ਚਾਹਣਾ ਪਹਿਲਾ ਨੁਕਤਾ ਇਹ ਹੈ ਕਿ ਪੁਲਿਸ ਨੇ ਪਲਵਾਨਾ ਦੇ ਵੱਲੋਂ ਸੀਆਰਪੀਐਸ ਦੀ ਧਾਰਾ 164 ਦੇ ਤਹਿਤ ਮੈਜਿਸਟਰੇਟ ਦੇ ਸਾਹਮਣੇ ਦਿੱਤੇ ਬਿਆਨਾਂ ਨੂੰ ਚਾਰ ਅਸ਼ੀਰਤਾ ਮੁੱਖ ਆਧਾਰ ਮੰਨੇ ਹੈ। ਦੂਸਰਾ ਪਹਿਲੂ ਹੈ ਕਿ ਜਿਨ੍ਹਾਂ ਥਾਵਾਂ ਦੇ ਉੱਤੇ ਜਾਂ ਜਿਸ ਥਾਂ ਤੇ ਬਾਲਗ ਪਲਵਾਨਾ ਨੇ ਸਰੀਰਕ ਸ਼ੋਸ਼ਣ ਦੇ ਦੋਸ਼ ਲਾਇਰੇ ਉਸ ਥਾਂ ਤੇ ਦੋਸ਼ੀ ਦੀ ਮੌਜੂਦਗੀ ਦੇ ਸਬੂਤ। ਤੀਸਰਾ ਪਲਵਾਨਾ ਨੇ ਜਾਂਚ ਦੌਰਾਨ ਸਬੂਤ ਵਜੋਂ ਪੰਜ ਤਸਵੀਰਾਂ ਪੁਲਿਸ ਨੂੰ ਦਿੱਤੀਆਂ। ਇਦੇ ਤੋਂ ਇਲਾਵਾ ਜੋ ਹੋਰ ਡਿਜੀਟਲ ਸਬੂਤ ਦਿੱਤੇ ਗਏ ਨੇ ਉਹ ਵੀ ਪੈਨ ਡਰਾਈਵ ਦੇ ਵਿੱਚ ਅਦਾਲਤ ਦੇ ਹਵਾਲੇ ਕੀਤੇ ਗਏ ਹੈ ਨੰਬਰ ਚੌਥਾ ਚਾਰ ਸ਼ੀਟ ਦੇ ਵਿੱਚ ਲਗਭਗ 25 ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਸੱਤ ਗਵਾਹਾਂ ਨੇ ਪੀੜਤ ਪਲਵਾਨਾਂ ਦੇ ਬਾਲਗ ਜਿਹੜੇ ਪੀੜਤ ਪਲਵਾਨਾਂ ਨੇ ਉਹਨਾਂ ਦੇ ਸਮਰਥਨ ਦਾ ਕੀਤਾ ਉਹਨਾਂ ਦੇ ਹੱਕ 'ਚ ਵੀ ਪੁਗਤਿਆ ਤੇ ਬਾਕੀ ਦੱਸਿਆ ਜਾ ਰਿਹਾ ਕਿ ਇਹਨਾਂ ਦੇ ਹੱਕ 'ਚ ਨਹੀਂ ਬੋਲੇ ਮੁਕਦਮੇ ਦੌਰਾਨ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਪੰਜਵਾਂ ਪਹਿਲੂ ਇਹ ਹੈ ਕਿ ਪੁਲਿਸ ਨੇ ਕਜ਼ਾਕਿਸਤਾਨ ਮੰਗੋਲੀਆ ਅਤੇ ਇੰਡੋਨੇਸ਼ੀਆ ਦੇ ਕੁਸ਼ਤੀ ਫੈਡਰੇਸ਼ਨਾਂ ਨੂੰ ਉਹਨਾਂ ਥਾਵਾਂ ਦੀ ਸੀਸੀਟੀਵੀ ਫੁਟੇਜ ਅਤੇ ਫੋਟੋਆਂ ਭੇਜਣ ਵਾਸਤੇ ਲਿਖਿਆ ਹੈ ਜਿੱਥੇ ਇਹਨਾਂ ਮਹਿਲਾ ਪਲਵਾਨਾਂ ਨੇ ਬ੍ਰਿਜ ਭੂਸ਼ਣ ਦੇ ਉੱਤੇ ਸਰੀਰਕ ਸ਼ੋਸ਼ਣ ਕਰਨ ਦੇ ਦੋਸ਼ ਲਾਏ ਨੇ ਪਰ ਦੱਸਿਆ ਗਿਆ ਕਿ ਹਾਲੇ ਤੱਕ ਉਹਨਾਂ ਨੂੰ ਇਸ ਸਬੰਧਤ ਉਹਨਾਂ ਮੂਲਕਾਂ ਤੋਂ ਕੁਝ ਮਿਲਿਆ ਨਹੀਂ ਜੇ ਮਿਲ ਗਿਆ ਤੱਪ ਪੁਲਿਸ ਕਹਿੰਦੇ ਇਹ ਸਮਾਮਲੇ ਦੇ ਵਿੱਚ ਸਪਲੀਮੈਂਟਰੀ ਚਲਾਨ ਪੇਸ਼ ਕਰ ਦੇਵੇਗੀ ਪਰ ਹੁਣ ਦੂਸਰੀ ਖਬਰ ਇਹ ਮਿਲ ਰਹੀ ਹੈ ਕਿ ਪਲਵਾਨਾਂ ਅਤੇ ਕੁਝ ਹੋਰ ਲੋਕ ਨੇ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਸੀ ਉਹ ਵਾਪਸ ਲੈਣ ਜਾਂ ਰੱਦ ਕੀਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ ਅਸਲ ਦੇ ਵਿੱਚ ਅਨੁਰਾਗ ਠਾਕਰ ਖੇਡ ਮੰਤਰੀ ਦੇ ਨਾਲ ਜਦੋਂ ਇਹ ਪਲਵਾਨ ਮੁਲਾਕਾਤ ਕਰਕੇ ਆਏ ਸੀ ਉੱਥੇ ਇਸ ਮਸਲੇ ਤੇ ਵੀ ਸਹਿਮਤੀ ਬਣੀ ਸੀ ਤੁਹਾਨੂੰ ਸ਼ਾਇਦ ਯਾਦ ਹੋਵੇ ਕਿ 28 ਮਈ ਨੂੰ ਨਵੇਂ ਸੰਸਦ ਭਵਨ ਦਾ ਉਦਘਾਟਨ ਕੀਤਾ ਜਾ ਰਿਹਾ ਸੀ ਉਦਘਾਟਨ ਦੇ ਮੌਕੇ ਤੇ ੜਕਾਹਟ ਪੈਦਾ ਕਰਨ ਦੇ ਵਾਸਤੇ ਇਹਨਾਂ ਪਲਵਾਨਾਂ ਦੇ ਸਮੇਤ 109 ਪ੍ਰਦਰਸ਼ਨਕਾਰੀਆਂ ਦੇ ਵਿਰੁੱਧ ਇੱਕ ਐਫਆਈਆਰ ਦਰਜ ਕਰ ਦਿੱਤੀ ਗਈ ਸੀ ਤੇ ਉਹਨੂੰ ਰੱਦ ਕੀਤਾ ਜਾਏਗਾ ਜਾਣਕਾਰੀ ਮਿਲੀ ਹੈ ਕਿ ਦਰਜ ਕੀਤੀ ਗਈ ਐਫਆਈਆਰ ਨੂੰ 1-2 ਦਿਨਾਂ ਦੇ ਵਿੱਚ ਰੱਦ ਕੀਤਾ ਜਾ ਸਕਦਾ ਹੈ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਜੰਤਰ ਮੰਤਰ ਤੋਂ ਹਿਰਾਸਤ ਵਿੱਚ ਲਏ ਗਏ ਸਾਰੇ 109 ਲੋਕਾਂ ਦੇ ਸਮੇਤ ਬਜਰੰਗ ਪੂਨੀਆ, ਸਾਖਸ਼ੀ ਮਲਕ, ਵਿਨੇਸ਼ ਫੁਗਾਟ, ਸੰਗੀਤਾ ਫੁਗਾਟ, ਕੁਝ ਹੋਰ ਪ੍ਰਬੰਧਕਾਂ ਇਹਨਾਂ ਸਾਰਿਆਂ ਦੇ ਖਿਲਾਫ ਵੀ ਮੁਕੱਦਮਾ ਦਰਜ ਕੀਤਾ ਸੀ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਦੇ ਖਿਲਾਫ ਦੰਗਾ ਪੜਕਾਉਣ, ਸਰਕਾਰੀ ਕਰਮਚਾਰੀਆਂ ਨੂੰ ਡਿਊਟੀ ਜਿਹੜੀ ਕਾਨੂੰਨੀ ਉਹ ਨਿਭਾ ਰਹੀ ਸੀ ਨਿਭਾਉਣ ਤੋਂ ਰੋਕਣ, ਲੋਕ ਸੇਵਕਾਂ ਦੇ ਵਿਧਾਨਕ ਹੁਕਮਾਂ ਦੀ ਉਲੰਘਣਾ ਕਰਨ, ਸਰਕਾਰੀ ਕਰਮਚਾਰੀ ਦੀ ਕੁੱਟਮਾਰ ਕਰਨ ਤੇ ਜੰਮ ਤੱਕ ਜੈ ਦਾਦਾ ਨੂੰ ਨੁਕਸਾਨ ਪਹੁੰਚਾਉਣ ਦੀਆਂ ਵੱਖ-ਵੱਖ ਧਰਾਵਾਂ ਦੇ ਤਹਿਤ ਮੁਕੱਦਮਾ ਦਰਜ ਕਰ ਦਿੱਤਾ ਸੀ। ਪਲਵਾਨਾਂ ਨੇ ਦਾ ਰਸਲ 28 ਮਈ ਨੂੰ ਜਦੋਂ ਨਵੇਂ ਸੰਸਦ ਭਵਨ ਦਾ ਉਦਘਾਟਨ ਹੋ ਰਿਹਾ ਸੀ ਤਾਂ ਉਸ ਮੌਕੇ ਤੇ ਸੰਸਦ ਦੇ ਨੇੜੇ ਮਹਿਲਾ ਮਹਾਪੰਚਾਇਤ ਕਰਵਾਉਣ ਦਾ ਐਲਾਨ ਕਰ ਦਿੱਤਾ ਸੀ ਤੇ ਪੁਲਿਸ ਨੇ ਉਹਦਾ ਇਹਨਾਂ ਨੂੰ ਆਗਿਆ ਇਜਾਜ਼ਤ ਨਹੀਂ ਸੀ ਦਿੱਤੀ। ਇਹਦੇ ਨਾਲ ਹੀ ਪ੍ਰਦਰਸ਼ਨਕਾਰੀਆਂ ਨੇ ਫਿਰ ਜੰਤਰ ਮੰਤਰ ਤੋਂ ਸੰਸਦ ਭਵਨ ਵੱਲ ਮਾਰਚ ਕੀਤਾ ਸੀ। ਇਸੇ ਦੌਰਾਨ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਕਾਰ ਝੜਪ ਹੋ ਗਈ ਸੀ ਤੇ ਪੁਲਿਸ ਇਹਨਾਂ ਨੂੰ ਚੁੱਕ ਕੇ ਗੱਡੀਆਂ ਦੇ ਵਿੱਚ ਲੱਦ ਕੇ ਲੈ ਗਈ ਸੀ ਜੰਤਰਮੰਤਰ ਤੋਂ 109 ਮਹਿਲਾ ਅਤੇ ਪੁਰਸ਼ ਪਲਵਾਨ ਅਤੇ ਉਹਨਾਂ ਦੇ ਸਮਰਥਕ ਹਿਰਾਸਤ ਵਿੱਚ ਲੈ ਲਏ ਗਏ ਸੀ ਦਿੱਲੀ ਭਰ ਤੋਂ ਲਗਭਗ 800 ਸਮਰਥਕਾਂ ਨੂੰ ਹਿਰਾਸਤ ਵਿੱਚ ਲੈ ਜਾਣ ਦੀਆਂ ਖਬਰਾਂ ਸੀ ਪਰ ਜਦੋਂ ਸ਼ਾਮ ਹੋਈ ਤਾਂ ਸਾਰੀਆਂ ਮਹਿਲਾ ਪਲਵਾਨਾਂ ਨੂੰ ਵੀ ਛੱਡ ਦਿੱਤਾ ਸੀ ਪਰ ਐਵੇਂ ਨਹੀਂ ਸੀ ਛੱਡਿਆ ਬਾਦ ਦੇ ਵਿੱਚ ਬਾਕੀਆਂ ਨੂੰ ਵੀ ਜਦੋਂ ਛੱਡਿਆ ਗਿਆ ਤੇ ਸਖਤ ਹਦਾਇਤਾਂ ਦੇ ਕੇ ਛੱਡਿਆ ਗਿਆ ਸੀ ਇੱਕ ਤਾਂ ਇਹ ਕਿ ਦੁਬਾਰਾ ਤੁਸੀਂ ਜੰਤਰ ਮੰਤਰ ਤੇ ਜਾ ਕੇ ਪ੍ਰਦਰਸ਼ਨ ਨਹੀਂ ਕਰ ਸਕੋਗੇ ਤੇ ਇਸ ਮਸਲੇ 'ਤੇ ਵੀ ਇਹਨਾਂ ਨੇ ਗਿਲਾ ਕੀਤਾ ਸੀ ਜਦੋਂ ਅਨੁਰਾਗ ਠਾਕਰ ਸਾਹਿਬ ਦੇ ਨਾਲ ਮੁਲਾਕਾਤ ਹੋਈ ਸੀ ਤੇ ਉਦੋਂ ਇਸ ਮਸਲੇ 'ਤੇ ਸਹਿਮਤੀ ਬਣੀ ਸੀ ਤੇ ਉਮੀਦ ਹੈ ਕਿ ਇੱਕ ਦੋ ਦਿਨਾਂ ਵਿੱਚ ਇਹ ਐਫ ਆਈ ਆਰ ਹੁਣ ਰੱਦ ਕਰ ਦਿੱਤੀ ਜਾਏਗੀ ਤੇ ਹੁਣ ਗੱਲ ਕਰਦੇ ਹਾਂ ਸਿੱਖ ਸਿਆਸਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦੂਸਰੇ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਖਬਰ ਮਿਲ ਰਹੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਕ ਕਮੇਟੀ ਦੀ ਮੀਟਿੰਗ ਅੱਜ ਅਚਾਨਕ ਸੱਦ ਲਈ ਗਈ ਹੈ ਤੇ ਇਹ ਮੀਟਿੰਗ ਅੱਜ ਸਵੇਰੇ 11 ਵਜੇ ਸ਼ੁਰੂ ਹੋ ਜਾਣੀ ਹੈ ਭਾਵ ਸ਼ੁੱਕਰਵਾਰ ਦੀ ਸਵੇਰ 11 ਵਜੇ ਜਾਣਕਾਰੀ ਦੇ ਅਨੁਸਾਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਇੱਕ ਵਾਰ ਫਿਰ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਤੁਹਾਨੂੰ ਸ਼ਾਇਦ ਯਾਦ ਹੋਵੇ ਕਿ ਬੀਤੇ ਮਹੀਨੇ ਵੀ ਸ਼੍ਰੋਮਣੀ ਕਮੇਟੀ ਦੇ ਵੱਲੋਂ ਮੀਟਿੰਗ ਸੱਦੀ ਗਈ ਸੀ ਉਸ ਦੇ ਵਿੱਚ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਸੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਹਟਾਉਣ ਦੀ ਗੱਲ ਚੱਲੀ ਸੀ ਪਰ ਜਦੋਂ ਉਹ ਗੱਲ ਚੱਲੀ ਤਾਂ ਉਸ ਵਕਤ ਅਕਾਲੀ ਦਲ ਦੇ ਵਿੱਚ ਫੁੱਟ ਪੈਣੀ ਸ਼ੁਰੂ ਹੋ ਗਈ ਸੀ ਕੁਝ ਹੱਕ ਵਿੱਚ ਖੜ ਕੇ ਇਸ ਤੇ ਕੁਝ ਵਿਰੋਧ ਵਿੱਚ ਸੀ ਜਿਸ ਤੋਂ ਬਾਅਦ ਖਬਰਾਂ ਸਨ ਕਿ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਉਸ ਫੈਸਲੇ ਨੂੰ ਉਸ ਵਕਤ ਟਾਲ ਦਿੱਤਾ ਸੀ ਪਰ ਇਸ ਵਾਰ ਇਹ ਮੀਟਿੰਗ ਬਹੁਤ ਸ਼ਾਰਟ ਨੋਟਸ ਤੇ ਬੁਲਾਈ ਗਈ ਹੈ ਜਾਣਕਾਰੀ ਮਿਲ ਰਹੀ ਹੈ ਕਿ ਇਸ ਮੀਟਿੰਗ ਨੂੰ ਬੁਲਾਉਣ ਦਾ ਮੁੱਖ ਏਜੰਡਾ ਮੁੱਖ ਕਾਰਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਉਂਕਿ ਇਸ ਵਕਤ ਉਹਨਾਂ ਦੇ ਕੋਲ ਸ੍ਰੀ ਅਕਾਲ ਤਖਤ ਸਾਹਿਬ ਦਾ ਵਾਧੂ ਚਾਰਜ ਹੈ ਜਦੋਂ ਕਿ ਉਹ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਾਹਿਬ ਨੇ ਅਜਹੀ ਸਥਿਤੀ ਦੇ ਵਿੱਚ ਜਾਣਕਾਰੀ ਮਿਲ ਰਹੀ ਹੈ ਕਿ ਇਹ ਫੈਸਲਾ ਲਿਆ ਜਾ ਸਕਦਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਉਹਨਾਂ ਤੋਂ ਇਹ ਅਹੁਦਾ ਇਹ ਰਤਬਾ ਵਾਪਸ ਲੈ ਲਿਆ ਜਾਵੇ ਪਰ ਸ਼੍ਰੀ ਦਮਦਮਾ ਸਾਹਿਬ ਦੇ ਉਹ ਜਥੇਦਾਰ ਬਣੇ ਰਹਿ ਸਕਦੇ ਐ ਹੁਣ ਬਹੁਤ ਵੱਡਾ ਸਵਾਲ ਹੈ ਕਿ ਕੀ ਆ ਬੀਤੇ ਕੁਝ ਕ ਸਮੇਂ ਤੋਂ ਉਹ ਅਕਾਲੀਆਂ ਨੂੰ ਨਸੀਤਾਂ ਦੇ ਰਹੇ ਨੇ ਕੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਵੀ ਕਈ ਵਾਰੀ ਕੁਝ ਸਵਾਲ ਕਰ ਚੁੱਕੇ ਨੇ ਇਹਦਾ ਕਾਰਨ ਇਹ ਹੈ ਜਾਂ ਇਹਦੇ ਕਾਰਨ ਕੋਈ ਵੱਖਰੇ ਨੇ ਪਰ ਚਰਚਾ ਹੈ ਕਿ ਉਹਨਾਂ ਨੂੰ ਹਟਾਏ ਜਾਣ ਦੀਆਂ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਨੇ ਤੇ ਹੁਣ ਲੁਧਿਆਣਾ ਦੇ ਵਿੱਚ ਜਿਹੜਾ ਡਾਕਾ ਪਿਆ ਸੀ ਦੱਸਿਆ ਜਾ ਰਿਹਾ ਸੀ 8 ਕਰੋੜ ਤੇ 49 ਲੱਖ ਰੁਪਏ ਦਾ ਡਾਕਾ ਪਿਆ ਲੁੱਟ ਹੋਈ ਉਹਦੇ ਵਿੱਚ ਨਿਤ ਨਵੇਂ ਖੁਲਾਸੇ ਹੋ ਰਹੇ ਨੇ ਹੁਣ ਲੁਧਿਆਣਾ ਦੇ ਵਿੱਚ ਜਿਹੜਾ ਇਹ ਡਾਕਾ ਪਿਆ ਉਸ ਮਸਲੇ ਦੇ ਵਿੱਚ ਪੁਲਿਸ ਨੇ ਸੀਵਰੇਜ ਦੇ ਸੈਪਟਿਕ ਟੈਂਕ ਦੇ ਵਿੱਚੋਂ 50 ਲੱਖ ਰੁਪਏ ਦੇ 5-500 ਵਾਲੇ ਨੋਟ ਤੇ ਨੋਟਾਂ ਦੇ ਬੰਡਲ ਬਰਾਮਦ ਕੀਤੇ ਆ ਇਹ ਰਕਮ ਲੁਧਿਆਣਾ ਦੀ ਏਟੀਐਮ ਕੈਸ਼ ਕੰਪਨੀ ਸੀਐਮਐਸ ਤੋਂ ਪ੍ਰਾਪਤਾ ਡਾਕੇ ਦੇ ਰਾਹੀਂ 8 ਕਰੋੜ ਤੇ 49 ਲੱਖ ਰੁਪਏ ਦਾ ਹਿੱਸਾ ਦੱਸਿਆ ਜਾ ਰਿਹਾ ਹੈ। ਡਕੈਤੀ ਦੇ ਮਾਸਟਰ ਮਾਈਂਡ ਮਨਦੀਪ ਮੋਨਾ ਅਤੇ ਉਹਦਾ ਸਾਥੀ ਮਨਜਿੰਦਰ ਮਨੀ ਉਹਨਾਂ ਨੇ ਇਸ ਡਾਕੇ ਨੂੰ ਆਪਣੇ ਸਾਥੀਆਂ ਦੇ ਨਾਲ ਅੰਜਾਮ ਦਿੱਤਾ ਸੀ। ਜਾਣਕਾਰੀ ਮਿਲੀ ਹੈ ਕਿ ਇਹ ਪੈਸੇ ਪਿੰਡ ਅੱਬੂਵਾਲ ਦੇ ਵਿੱਚ ਛਪਾਏ ਹੋਏ ਸੀ। ਤੇ ਇੱਟ ਨਾਲ ਬੰਨ ਕੇ ਸੈਪਟਿਕ ਟੈਂਕ ਦੇ ਵਿੱਚ ਉਹਨਾਂ ਨੂੰ ਲੁਕੋਇਆ ਹੋਇਆ ਸੀ ਪੁਲਿਸ ਨੇ ਜਦੋਂ ਉਹਦੀ ਗ੍ਰਿਫਤਾਰੀ ਕੀਤੀ ਮਨੀ ਤੋਂ ਪੁੱਛਗਿੱਛ ਕੀਤੀ ਤਾਂ ਉਹਨੇ ਆਹ ਗੱਲ ਦੱਸੀ ਕਿ ਸੈਪਟਿਕ ਟੈਂਕ ਦੇ ਵਿੱਚ ਉਹਨੇ ਪੈਸੇ ਲੁਕੋਏ ਹੋਏ ਨੇ ਤੇ ਪੁਲਿਸ ਉੱਥੇ ਪਹੁੰਚਦੀ ਹੈ ਤੇ ਸੈਪਟਿਕ ਟੈਂਕ ਦੇ ਵਿੱਚੋਂ ਪਹਿਲਾਂ ਉਹ ਰੁਪਈਏ ਕੱਢੇ ਗਏ ਨੋਟ ਕੱਢੇ ਗਏ ਤੇ ਫਿਰ ਉਹਨਾਂ ਨੂੰ ਪਾਣੀ ਨਾਲ ਧੋਣਾ ਪਿਆ ਤੇ ਫਿਰ ਉਹ ਜ਼ਬਤ ਕਰ ਲਏ ਗਏ ਪੁਲਿਸ ਹੁਣ ਤੱਕ ਮਨਜਿੰਦਰ ਮਨੀ ਦੇ ਕੋਲੋਂ 1.5 ਕਰੋੜ ਰੁਪਇਆ ਬਰਾਮਦ ਕਰ ਚੁੱਕੀ ਹੈ ਦੱਸਿਆ ਜਾ ਰਿਹਾ ਕਿ 4 ਸਾਲਾਂ ਤੋਂ ਉਹ ਇਸੇ ਲੁੱਟ ਵਾਲੀ ਕੰਪਨੀ ਦੇ ਵਿੱਚ ਸੀਐਮਐਸ ਕੰਪਨੀ ਦੇ ਵਿੱਚ ਕੰਮ ਕਰ ਰਿਹਾ ਸੀ ਇਹਦੇ ਨਾਲ ਹੀ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਇੱਕ ਸੱਤਵੇਂ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਤੇ ਉਹਦਾ ਨਾਮ ਨਰਿੰਦਰ ਸਿੰਘ ਉਰਫ ਹੈਪੀ ਦੱਸਿਆ ਜਾ ਰਿਹਾ ਹੈ ਕੋਠੇ ਹਰੀ ਸਿੰਘ ਅਗਲਾੜ ਲੋਪੇਕਲਾ ਜੋ ਕਿ ਜਗਰਾਉਂ ਚ ਪੈਂਦਾ ਹੈ ਉਹਨੂੰ ਕਾਬੂ ਕੀਤਾ ਗਿਆ ਹੈ ਦੱਸਿਆ ਜਾ ਰਿਹਾ ਕਿ ਪੁਲਿਸ ਨੇ ਨਰਿੰਦਰ ਸਿੰਘ ਕੋਲੋਂ ਲੁੱਟਦੇ 25 ਲੱਖ ਰੁਪਏ ਬਰਾਮਦ ਕੀਤੇ ਐ ਭਾਵ ਵੱਧ ਪੈਸਾ ਦੱਸਿਆ ਜਾ ਰਿਹਾ ਕਿ ਮਨੀ ਅਤੇ ਡਾਕੂ ਸੁందਰੀ ਕੋਲ ਸੀ ਬਾਕੀਆਂ ਦੇ ਕੋਲੋਂ ਤਕਰੀਬਨ ਤਕਰੀਬਨ 25-25 ਲੱਖ ਰੁਪਏ ਉਹਨੂੰ ਹਿੱਸਾ ਦਿੱਤਾ ਗਿਆ ਉਹ ਬਰਾਮਦ ਕੀਤਾ ਜਾ ਰਿਹਾ ਹੈ ਇਹਦੇ ਨਾਲ ਹੀ ਮਾਸਟਰਮਾਈਂਡ ਮਨਦੀਪ ਕੌਰ ਡਾਕੂ ਸੁందਰੀ ਹਾਲੇ ਤੱਕ ਫਰਾਰ ਹੈ ਪਰ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਅਸੀਂ ਕਿਸਤੇ ਪਰਿਵਾਰ ਨੂੰ ਹਿਰਾਸ ਨਹੀਂ ਕਰਨਾ ਚਾਹੁੰਦੇ ਪਰ ਉਹਦੇ ਪੇਕੇ ਅਤੇ ਸਹੁਰੇ ਪਰਿਵਾਰ ਤੋਂ ਪੁੱਛ ਕਿਛ ਜਰੂਰ ਕਰਾਂਗੇ ਕਿ ਕੀ ਉਹਨਾਂ ਨੂੰ ਇਸ ਲੁੱਟ ਦੀ ਵਾਰਦਾਤ ਪ੍ਰਤੀ ਉਹਦੇ ਮਨਸੂਬਿਆਂ ਦੇ ਪ੍ਰਤੀ ਕੋਈ ਜਾਣਕਾਰੀ ਸੀ ਜੇ ਕੋਈ ਜਾਣਕਾਰੀ ਨਿਕਲੀ ਜਾਂਚ ਪੜਤਾਲ ਦੇ ਵਿੱਚ ਫਿਰ ਉਹਨਾਂ ਨੂੰ ਇਸ ਮੁਕੱਦਮੇ ਵਿੱਚ ਸ਼ਾਮਲ ਕੀਤਾ ਜਾਵੇਗਾ ਨਾਲ ਉਹਨਾਂ ਨੇ ਇਹ ਵੀ ਦੱਸਿਆ ਕਿ ਪੰਜਾਬ ਪੁਲਿਸ ਦੀਆਂ ਟੀਮਾਂ ਪੰਜਾਬ ਤੋਂ ਬਾਹਰ ਉਹ ਦੱਖਣ ਵੱਲ ਵੀ ਛਾਪੇਮਾਰੀ ਕਰ ਰਹੀਆਂ ਨੇ ਜਿੱਥੋਂ ਜਿੱਥੋਂ ਉਹਨਾਂ ਨੂੰ ਕੋਈ ਸੂਹ ਮਿਲ ਰਹੀ ਹੈ ਕਿਉਂਕਿ ਉਹ ਕਹਿੰਦੇ ਉਹਦੇ ਕੋਲੇ ਪੈਸੇ ਵੀ ਨੇ ਉਹ ਮਾਸਟਰਮਾਈਂਡ ਵੀ ਹੈ ਅਤੇ ਕੰਪਨੀ ਦੇ 5 ਡੀਵੀਆਰ ਵੀ ਉਹਦੇ ਕੋਲੇ ਹੀ ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਇਹ ਵੀ ਦੱਸਿਆ ਕਿ ਹੁਣ ਤੱਕ ਲੱਖਾਂ ਨਹੀਂ ਲਗਭਗ ਕਰੋੜ ਰੁਪਈਆ ਇਸ ਕਾਂਡ ਨੂੰ ਸੁਲਝਾਉਣ ਦੇ ਵਾਸਤੇ ਖਰਚ ਕੀਤਾ ਜਾ ਚੁੱਕਿਆ ਹੈ ਇਤੋਂ ਤੱਕ ਕੇ ਕਹਿੰਦੇ ਮਜ਼ਦੂਰਾਂ ਦੇ ਵਾਂਗ ਅਸੈਪਟਿਕ ਟੈਂਕਾਂ ਦੇ ਵਿੱਚ ਸੀਵਰੇਜ ਲਾਈਨਾਂ ਦੇ ਵਿੱਚ ਪਾਈਪਾਂ ਦੇ ਵਿੱਚ ਪੁਲਿਸ ਨੂੰ ਵੜਨਾ ਪੈ ਰਿਹਾ ਹੈ। ਇਹਦੇ ਨਾਲ ਉਹਨਾਂ ਨੇ ਕੰਪਨੀ ਦੇ ਮਾੜੇ ਪ੍ਰਬੰਧਾਂ ਦਾ ਹਵਾਲਾ ਵੀ ਦਿੱਤਾ। ਉਹ ਕਹਿੰਦੇ ਇਸ ਵਕਤ ਜਿਸ ਕੰਮ ਤੇ ਅਸੀਂ ਲੱਗੇ ਹੋਇਆ ਆ ਆਲਾ ਪੁਲਿਸ ਅਫਸਰ ਕੋਲ ਬੈਠੇ ਆ ਦੱਖਣ ਤੱਕ ਟੀਮਾਂ ਭੱਜੀਆਂ ਫਿਰਦੀਆਂ ਨੇ। ਬੀਤੇ ਕਈ ਦਿਨ ਤੋਂ ਅਸੀਂ ਇਸ ਮਸਲੇ 'ਚ ਉੱਪਰੋਂ ਮੁੱਖ ਮੰਤਰੀ ਡੀਜੀਪੀ ਸਾਹਿਬ ਦੇ ਵੱਖਰੇ ਹੁਕਮ ਨੇ। ਉਹ ਕਹਿੰਦੇ ਜਿਸ ਪੁਲਿਸ ਨੇ ਲੋਕਾਂ ਦੀ ਸੇਵਾ ਕਰਨੀ ਸੀ ਉਹ ਪ੍ਰਾਈਵੇਟ ਕੰਪਨੀ ਦੀ ਨੌਕਰੀ ਕਰ ਰਹੀ ਹੈ। ਚੋਰਾ ਨੂੰ ਲੱਭ ਰਹੀ ਹੈ ਡਾਕਾ ਪ੍ਰਾਈਵੇਟ ਕੰਪਨੀ 'ਚ ਉਹਨਾਂ ਦੀ ਨਿਰਲੈਕੀ ਦੇ ਕਾਰਨ ਪਿਆ ਹੈ। ਇਹਦੇ ਨਾਲ ਆਫਕੋਰਸ ਕਹਿੰਦੇ ਨਿਰਸੰਦੇਹ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਪ੍ਰਭਾਵਿਤ ਹੋਈਆਂ ਨੇ। ਕਿਉਂ ਹੋਈਆਂ? ਕਿਉਂਕਿ ਉਹਨਾਂ ਦੇ ਪ੍ਰਬੰਧ ਬਾੜੇ ਸੀ। ਉਹਨਾਂ ਨੇ ਇਹ ਵੀ ਦੱਸਿਆ ਕਿ ਮੁਰਜ਼ਮ ਬੜੇ ਸ਼ਾਸਤਰ ਸੀ। ਵਾਰਦਾਤ ਵਾਲੇ ਦਿਨ ਉਹਨਾਂ ਨੇ ਕਾਲੇ ਕੱਪੜੇ ਪਹਿਨਣ ਦੀ ਯੋਜਨਾ ਬਣਾਈ ਤਾਂ ਜੋ ਰਾਤ ਦੇ ਸਮੇਂ ਲੋਕਾਂ ਨੂੰ ਕੁਝ ਬਹੁਤਾ ਨਜ਼ਰ ਨਾ ਆ ਸਕੇ। ਉਹਨਾਂ ਦੇ ਵਿੱਚੋਂ ਕੁਝ ਨੇ ਕਹਿੰਦੇ ਕਾਲੇ ਕੱਪੜੇ ਪੈਨੇ ਹੋਏ ਸੀ ਕਿਸ ਦੇ ਪਜਾਮਾ ਕਿਸ ਦੇ ਪਰਨੇ ਉਹਨਾਂ ਇਹ ਵੀ ਦੱਸਿਆ ਕਿ ਇਹ ਸਮੱਸਿਆ ਨੂੰ ਜਿਹੜਾ ਸੁਲਝਾਉਣ ਦੇ ਉੱਤੇ ਖਰਚਾ ਆ ਰਿਹਾ ਹੈ ਇਹਦੇ ਵਾਸਤੇ ਅਸੀਂ ਪੰਜਾਬ ਦੇ ਡੀਜੀਪੀ ਸਾਹਿਬ ਨਾਲ ਗੱਲਬਾਤ ਕਰ ਰਹੇ ਹਾਂ ਕਿ ਇਹ ਸਾਰਾ ਖਰਚਾ ਸਬੰਧਤ ਕੰਪਨੀ ਪਾਵ ਸੀਐਮਐਸ ਕੰਪਨੀ ਤੋਂ ਚਾਰਜ ਕੀਤਾ ਜਾਵੇ ਤੇ ਹੁਣ ਗੱਲ ਕਰਦੇ ਹਾਂ ਪੰਜਾਬ ਦੇ ਲੋਕਾਂ ਦੀ ਇਮਾਨਦਾਰੀ ਦਾ ਆ ਕੱਚਾ ਚਿੱਠਾ ਜਿਹੜਾ ਮੈਂ ਫਿਰ ਰੋਲਣ ਜਾ ਰਿਹਾ ਹਾਂ ਇੱਕ ਖਬਰ ਸੁਣ ਕੇ ਹੋ ਸਕਦਾ ਤੁਸੀਂ ਕਾਫੀ ਹੈਰਾਨ ਹੋਵੋ ਆਮ ਤੌਰ ਤੇ ਕਿਸੇ ਜਨਰਲ ਵਰਗ ਦੇ ਵਿਅਕਤੀ ਨੂੰ ਐਸਸੀ ਕਹਦੇ ਹੋ ਜਾਂ ਬੀਸੀ ਕਹਦੇ ਹੋ ਭਾਵ ਸੋ ਕਾਲਡ ਜਿਹੜੀਆਂ ਜਾਤਾਂ ਬਣਾਈਆਂ ਹੋਈਆਂ ਨੇ ਜਿਹਨੂੰ ਕੋਈ ਉੱਚੀ ਜਾਤ ਕੋਈ ਨੀਵੀਂ ਜਾਤ ਕਹਿੰਦਾ ਕਿਸ ਨੂੰ ਕੋਈ ਨੀਵੀਂ ਜਾਤ ਦਾ ਕਹਿ ਕੇ ਬੁਲਾਉ ਤਾਂ ਸਹੀ ਸੱਤੀ ਕੱਪੜੀ ਅੱਗ ਲੱਗ ਜੂ ਤੁਹਾਡਾ ਗਲਾਵਾ ਫੜੂਗਾ ਬੰਦਾ ਪਰ ਨੌਕਰੀ ਲੈਣ ਦੇ ਵਾਸਤੇ ਉਹ ਵੀ ਸਰਕਾਰੀ ਕਿੱਥੇ ਤੱਕ ਅਸੀਂ ਡਿੱਗਦੇ ਆ ਆ ਖਬਰ ਉਸ ਗੱਲ ਨੂੰ ਤਸਦੀਕ ਕਰਦੀ ਹੈ ਬੀਤੇ ਦਿਨੀ ਪੰਜਾਬ ਦੇ ਗਾਇਕ ਬਹੁਤ ਚਰਚਾ ਚਾਹੇ ਕਿ ਉਹਨਾਂ ਦੇ ਪਿਤਾ ਜੀ ਨੌਕਰੀ ਕਰਕੇ ਰਿਟਾਇਰ ਵੀ ਹੋ ਗਏ ਨੇ ਪਰ ਇਹ ਨੌਕਰੀਆਂ ਲੈਣ ਵਾਸਤੇ ਸਰਕਾਰੀ ਸਕੀਮਾਂ ਦੇ ਵਿੱਚ ਰਾਖਵੇਂਕਰ ਦਾ ਰਿਜ਼ਰਵੇਸ਼ਨ ਦਾ ਲਾਭ ਲੈਣ ਦੇ ਵਾਸਤੇ ਫਰਜ਼ੀ ਤੌਰ ਤੇ ਐਸ்சி ਬੀਸੀ ਭਾਵਦਲਤ ਬਣਿਆ ਜਾ ਰਿਹਾ ਹੈ ਇਹ ਖੁਲਾਸਾ ਸਮਾਜਿਕ ਨਿਆਂ ਅਧਿਕਾਰਤਾ ਤੇ ਘਟ ਗਣਤੀ ਵਿਭਾਗ ਦੇ ਵਿਜੀਲੈਂਸ ਨੂੰ ਵਿਜੀਲੈਂਸ ਸੈੱਲ ਨੂੰ 2 ਸਾਲਾਂ ਦੇ ਵਿੱਚ ਜਿਹੜੀਆਂ ਪ੍ਰਾਪਤ ਸ਼ਿਕਾਇਤਾਂ ਨੇ ਉਹਦੇ ਰਾਹੀਂ ਹੋਇਆ 300 ਤੋਂ ਵੱਧ ਸ਼ਿਕਾਇਤਾਂ ਮਿਲ ਗਈਆਂ ਨੇ ਦੱਸਿਆ ਜਾ ਰਿਹਾ ਕਿ ਹੁਣ ਤੱਕ 22 ਜਾਲੀ ਐਸਸੀ ਸਰਟੀਫਿਕੇਟ ਰੱਦ ਕੀਤੇ ਜਾ ਚੁੱਕੇ ਹਨ ਵਿਜੀਲੈਂਸ ਤੇ ਜ਼िला ਪਦਰੀ ਕਮੇਟੀਆਂ 93 ਸ਼ਿਕਾਇਤਾਂ ਦੀ ਜਾਂਚ ਕਰ ਰਹੀਆਂ ਨੇ ਸੂਬਾ ਕਮੇਟੀ ਨੇ 23 ਸ਼ਿਕਾਇਤਾਂ ਤੇ ਕਾਰਵਾਈ ਦੇ ਹੁਕਮ ਚਾੜ ਦਿੱਤੇ ਹੈ ਇਹਨਾਂ ਨੂੰ ਜਲਦੀ ਉਮੀਦ ਹੈ ਕਿ ਰੱਦ ਕੀਤਾ ਜਾ ਸਕਦਾ ਹੈ ਜਾਲੀ ਐਸਸੀ ਸਰਟੀਫਿਕੇਟਾਂ ਦੀਆਂ ਵੱਖ-ਵੱਖ ਪਹਿਲੂਆਂ ਤੋਂ ਜਿਹੜੀ ਜਾਂਚ ਕੀਤੀ ਗਈ ਹੈ ਉਸ ਤੋਂ ਬਾਅਦ ਪਤਾ ਲੱਗਿਆ ਹੈ ਕਿ ਇਹਨਾਂ ਵਿੱਚੋਂ ਬਹੁਤੇ ਲੋਕ ਫਰਜ਼ੀ ਐਸਸੀ ਬਣੇ ਹੋਏ ਨੇ ਅਤੇ ਸਰਕਾਰ ਦੇ ਵਿਭਾਗਾਂ ਦੇ ਵਿੱਚ ਤੁਸੀਂ ਹੈਰਾਨ ਹੋਵੋਗੇ ਵੱਡੇ ਵੱਡੇ ਤੇ ਅਹਿਮ ਅਹੁਦਿਆਂ ਤੇ ਇਸ ਵਕਤ ਵਿਰਾਜਮਾਨ ਹੋਏ ਬੈਠੇ ਨੇ ਸਭ ਤੋਂ ਅਹਿਮ ਖੁਲਾਸਾ ਇਹ ਸੀ ਕਿ ਪੰਜਾਬ ਦੇ ਵਿੱਚ ਰਾਖਵੇਂ ਕਰਨ ਲਈ ਬਣਾਏ ਗਏ ਨਕਲੀ ਦਲਤ ਸਿਰਕੀਬੰਦ ਓੜ ਤੇ ਸੁਨਹਿਲ ਜਾਤੀਆਂ ਜਿਹੜੀਆਂ ਕਿ ਪੰਜਾਬ ਦੇ ਵਿੱਚ ਐਗਜ਼ਿਸਟ ਹੀ ਨਹੀਂ ਕਰਦੀਆਂ ਪੰਜਾਬ ਦੇ ਵਿੱਚ ਇਹ ਜਾਤਾਂ ਹੈ ਹੀ ਨਹੀਂ ਉਹਨਾਂ ਦੇ ਝਾਲੀ ਸਰਟੀਫਿਕੇਟ ਬਣਾਏ ਇਹਦੇ ਵਿੱਚ ਪਿੰਡਾਂ ਦੇ ਨੰਬਰਦਾਰ ਪਿੰਡਾਂ ਦੇ ਸਰਪੰਚਾਂ ਦੀ ਮਿਲੀ ਭੁਗਤ ਹੈ ਜਿਸ ਤੇ ਕਾਰਨ ਨਕਲੀ ਸਰਟੀਫਿਕੇਟ ਬਣਾਉਣ ਚ ਕਾਮਯਾਬ ਹੋ ਗਏ ਪੰਜਾਬ ਦੇ ਵਿੱਚ ਜ਼ਿਆਦਾਤਰ ਝਾਲੀ ਐਸਸੀ ਸਰਟੀਫਿਕੇਟ ਪਿੰਡ ਦੇ ਨੰਬਰਦਾਰ ਦੇ ਦਸਤਾਵੇਜ਼ਾਂ ਨੂੰ ਤਸਦੀਕ ਕਰਨ ਤੋਂ ਬਾਅਦ ਬਣੇ ਹੈ ਪਟਵਾਰੀ ਜਦੋਂ ਨੰਬਰਦਾਰ ਦੇ ਵੱਲੋਂ ਤਸਦੀਕ ਕੀਤਾ ਉਹ ਉਸੇ ਆਧਾਰ ਤੇ ਖੁਦ ਤਸਦੀਕ ਕਰ ਦਿੰਦਾ ਫਿਰ ਫਾਈਲ ਨੂੰ ਸਹੂਬਾ ਦਾ ਕੇਂਦਰ ਦੇ ਵਿੱਚ ਜਮ੍ਹਾਂ ਕਰਵਾ ਦਿੱਤਾ ਜਾਂਦਾ ਹੈ ਤਹਿਸੀਲਦਾਰ ਫਾਈਲ ਤੇ ਨੰਬਰ ਤੇ ਤਸਦੀਕ ਦੇਖ ਕੇ ਉਹ ਆਪਣੀ ਹੁਕਮੀ ਮਾਰ ਦਿੰਦਾ ਜਦੋਂ ਤਹਿਸੀਲਦਾਰ ਹੁਕਮੀ ਮਾਰਨ ਦਾ ਦਸਤਖਤ ਕਰ ਦਿੰਦਾ ਤਾਂ ਝਾਲੀ ਸਰਟੀਫਿਕੇਟ ਤਿਆਰ ਹੋ ਜਾਂਦਾ ਹੈ ਜਿਆਦਾਤਰ ਸਰਟੀਫਿਕੇਟ 2013 ਜਾਂ ਇਹਦੇ ਤੋਂ ਪਹਿਲਾਂ ਦੇ ਬਣੇ ਦੱਸੇ ਜਾ ਰਹੇ ਨੇ ਮੈਂ ਫੇਰ ਦੱਸਦਿਆਂ ਕਿ ਸਿਰਕੀਬੰਦ ਓੜ ਸੁਨਹਿਲ ਜਾਤੀ ਜਿਹੜੀ ਇਹ ਜਾਤੀ ਮੈਂ ਫੇਰ ਦੱਸਦਿਆਂ ਰਾਖਮਾ ਕਰ ਲੈਣ ਵਾਸਤੇ ਚੁਣੀ ਗਈ ਇਹਨਾਂ ਲੋਕਾਂ ਦੇ ਵਿੱਚੋਂ ਜਿਹੜਾ ਨੇ ਝਾਲੀ ਸਰਟੀਫਿਕੇਟ ਬਣਾਏ ਗਏ ਇਹ ਜਾਤਾਂ ਹੈਗੀਆਂ ਨੇ ਪਰ ਪੰਜਾਬ ਚ ਨਹੀਂ ਰਾਜਸਥਾਨ ਚ ਨੇ ਬਿਹਾਰ ਚ ਨੇ ਯੂਪੀ ਚ ਨੇ ਪਰ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਸਰਟੀਫਿਕੇਟ ਬਣਾਏ ਉਹ ਇਹਨਾਂ ਜਾਤਾਂ ਨਾਲ ਸੰਬੰਧਿਤ ਹੈ ਹੀ ਨਹੀਂ ਸਾਲ 2022 ਦੇ ਵਿੱਚ ਜਾਂਚ ਕੀਤੀ ਗਈ ਜਾਂਚ ਦੇ ਦੌਰਾਨ ਰਾਜਪત્રી ਕਮੇਟੀ ਵਿੱਚ 18 ਜਾਲੀ ਅਨੁਸੂਚਿਤ ਜਾਤੀ ਸਰਟੀਫਿਕੇਟ ਰੱਦ ਕੀਤੇ ਗਏ ਇਹਨਾਂ ਵਿੱਚੋਂ 12 ਕਾਰਡ ਧਾਰਕ ਪਟਿਆਲਾ ਜ਼ਿਲ੍ਹੇ ਦੇ ਪਿੰਡ ਆਲਮਪੁਰ ਦੇ ਦੱਸੇ ਜਾ ਰਹੇ ਨੇ ਇਹਨਾਂ ਲੋਕਾਂ ਨੇ ਦਰਅਸਲ ਇਹ ਜਾਲੀ ਅਨਸੂਚਿਤ ਜਾਤੀ ਸਰਟੀਫਿਕੇਟ ਜਿਹੜੇ ਬਣਾਏ ਉਸ ਜਾਲੀ ਸਰਟੀਫਿਕੇਟ ਬਣਾ ਕੇ ਪਿੰਡ ਦੀ ਪੰਚਾਇਤ ਦੇ ਮੈਂਬਰ ਬਣਨ ਦੇ ਵਾਸਤੇ ਰਾਖਵੇਂ ਕਰਨ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ ਸੀ। ਇਸੇ ਸਾਲ ਭਾਗ ਅਪ੍ਰੈਲ 2023 ਦੇ ਵਿੱਚ ਚਾਰ ਜਾਲੀ ਸਰਟੀਫਿਕੇਟ ਰੱਦ ਕੀਤੇ ਗਏ। ਇਹਨਾਂ ਵਿੱਚੋਂ ਤਿੰਨ ਕੇਸ ਇਸ ਵਕਤ ਹਾਈ ਕੋਰਟ ਦੇ ਵਿੱਚ ਨੇ। ਇੱਕ ਮਾਮਲਾ ਕਮੇਟੀ ਦੇ ਵਿਚਾਰ ਅਧੀਨ ਦੱਸਿਆ ਜਾ ਰਿਹਾ ਹੈ। ਇਸ ਵਕਤ 93 ਸ਼ਿਕਾਇਤਾਂ ਦੀ ਜਾਂਚ ਅੰਤਮ ਪੜਾ ਤੇ ਦੱਸੀ ਜਾ ਰਹੀ ਹੈ। ਇਨ੍ਹਾਂ ਵਿੱਚੋਂ 23 ਸ਼ਿਕਾਇਤਾਂ ਜ਼ਿਲਾ ਪੱਧਰ ਤੇ ਵਿਚਾਰ ਅਧੀਨ ਦਸੀਆਂ ਗਈਆਂ ਨੇ ਜਦੋਂ ਕਿ 70 ਸ਼ਿਕਾਇਤਾਂ ਨੇ ਜਿਹੜੀਆਂ ਵਿਜੀਲੈਂਸ ਦੀ ਜਾਂਚ ਦੇ ਅਧੀਨ ਨੇ ਡਾਕਟਰ ਬਲਜੀਤ ਕੌਰ ਪੰਜਾਬ ਦੇ ਸਮਾਜਿਕ ਸੁਰੱਖਿਆ ਮੰਤਰੀ ਨੇ ਉਹਨਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਦਾ ਰਸਲ ਕੁਝ ਦਲਤ ਜਥੇਬੰਦੀਆਂ ਨੇ ਐਸਸੀ ਸਰਟੀਫਿਕੇਟ ਜਾਲੀ ਹੋਣ ਦੇ ਮਾਮਲੇ ਦੀ ਸ਼ਿਕਾਇਤ ਉਹਨਾਂ ਤੱਕ ਪਹੁੰਚਦੀ ਕੀਤੀ ਸੀ ਤੇ ਫਿਰ ਕਹਿੰਦੇ ਅਸੀਂ ਉਹਦੇ ਉੱਤੇ ਕਾਰਵਾਈ ਪਾਤੀ ਰਿਪੋਰਟ ਹਾਲੇ ਵੀ ਤਿਆਰ ਕੀਤੀ ਜਾ ਰਹੀ ਹੈ ਉਹ ਕਹਿੰਦੇ ਸਾਡੇ ਵੱਲੋਂ 22 ਜਾਲੀ ਐਸਸੀ ਸਰਟੀਫਿਕੇਟ ਰੱਦ ਕੀਤੇ ਜਾ ਚੁੱਕੇ ਹੈ ਅਤੇ 23 ਰੱਦ ਹੋਣ ਦੀ ਪ੍ਰਕਿਰਿਆ ਦੇ ਵਿੱਚ ਨੇ ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਅਸੀਂ ਕਿੰਨੇ ਈਮਾਨਦਾਰਾਂ ਤੇ ਕਿਸ ਹੱਦ ਤੱਕ ਅਸੀਂ ਡਿੱਗਦੇ ਆਂ ਸਰਕਾਰੀ ਨੌਕਰੀਆਂ ਤੇ ਰਿਜ਼ਰਵੇਸ਼ਨ ਦਾ ਲਾਭ ਲੈਣ ਦੇ ਵਾਸਤੇ ਤੇ ਆਹ ਖਬਰ ਵੀ ਚਿੰਤਾਜਨਕ ਸਥਿਤੀ ਹੈ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ ਮੈਂ ਸਰੀਰਕ ਸ਼ੋਸ਼ਣ ਦੇ ਦੋਸ਼ ਲੱਗੇ ਹੋ ਨੇ ਬ੍ਰਿਜ ਭੂਸ਼ਣ ਦੇ ਉੱਤੇ ਤੇ ਆਖਰੀ ਖਬਰ ਵੀ ਉਸੇ ਤਰ੍ਹਾਂ ਦੀ ਹੈ ਪਰ ਇਹ ਖਬਰ ਪੰਜਾਬ ਚਾ ਇੰਡੀਆ ਨਾਲ ਸੰਬੰਧਤ ਨਹੀਂ ਇਹ ਖਬਰ ਆਸਟ੍ਰੇਲੀਆ ਦੇ ਨਾਲ ਸੰਬੰਧਤ ਹੈ ਇੱਕ ਤਾਂ ਇਹ ਵਹਿਮ ਨਿਕਲ ਜੂ ਕਿ ਸਾਰੇ ਲੋਕਾਂ ਦੀ ਸੋਚ ਇੱਕੋ ਜੀ ਹੈ ਜਾਂ ਨਹੀਂ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਭਾਈ ਇਹ ਇੰਡੀਆ ਦੇ ਲੋਕ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਆ ਆ ਖਬਰ ਆਸਟ੍ਰੇਲੀਆ ਦੀ ਇੱਕ ਸੰਸਦ ਮੈਂਬਰ ਨਾਲ ਸੰਬੰਧਤ ਹੈ ਆਸਟ੍ਰੇਲੀਆ ਦੀ ਇੱਕ ਸੰਸਦ ਮੈਂਬਰ ਨੇ ਦੋਸ਼ ਲਾਇਆ ਕਿ ਉੱਥੋਂ ਦੇ ਸੰਸਦ ਭਵਨ ਦੇ ਵਿੱਚ ਭਾ ਪਾਰਲੀਮੈਂਟ ਦੇ ਵਿੱਚ ਹੀ ਉਹਦਾ ਸਰੀਰਕ ਸ਼ੋਸ਼ਣ ਹੋਇਆ ਹੈ ਸੰਸਦ ਮੈਂਬਰ ਦਾ ਨਾਮ ਹੈ ਲੀਡੀਆ ਥੋਰਪਾ ਸੰਸਦ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਆਖਿਆ ਕਿ ਤਾਕਤਵਰ ਲੋਕਾਂ ਨੇ ਮੇਰੇ ਤੇ ਸਰੀਰਕ ਟਿੱਪਣੀਆਂ ਕੀਤੀਆਂ ਨੇ ਸਿਰਫ ਕਹਿੰਦੇ ਸਰੀਰਕ ਸ਼ੋਸ਼ਣ ਵਰਗੀਆਂ ਟਿੱਪਣੀਆਂ ਨਹੀਂ ਕੀਤੀਆਂ ਮੈਨੂੰ ਗਲਤ ਤਰੀਕੇ ਨਾਲ ਟੱਚ ਵੀ ਕੀਤਾ ਗਲਤ ਥਾਂ 'ਤੇ ਇੱਥੋਂ ਤੱਕ ਆਖ ਦਿੱਤਾ ਉਹਨਾਂ ਨੇ ਸੰਸਦ ਦੇ ਵਿੱਚ ਇਹ ਥਾਂ ਹੈ ਨਾ ਜਿਹੜੀ ਇਹ ਔਰਤਾਂ ਦੇ ਕੰਮ ਕਰਨ ਵਾਸਤੇ ਬਿਲਕੁਲ ਵੀ ਠੀਕ ਨਹੀਂ ਤੁਸੀਂ ਅੰਦਾਜ਼ਾ ਲਾਓ ਜੇ ਸੰਸਦ ਠੀਕ ਨਹੀਂ ਤਾਂ ਫਿਰ ਕਿੱਥੇ ਔਰਤਾਂ ਕੰਮ ਕਰ ਸਕਦੇ ਨੇ ਕਿੱਥੇ ਮਹਫੂਜ਼ ਨੇ ਆਸਟ੍ਰੇਲੀਆ ਦੀ ਸੰਸਦ ਦੇ ਬਾਰੇ ਇਹ ਬਿਆਨ ਦੇਣ ਤੋਂ ਠੀਕ ਇੱਕ ਦਿਨ ਪਹਿਲਾਂ ਮੈਂ ਤੁਹਾਨੂੰ ਦੱਸਦਿਆਂ ਥੋਰਪੇ ਨੇ ਆਸਟ੍ਰੇਲੀਆ ਦੇ ਸੰਸਦ ਮੈਂਬਰ ਨੇ ਡੇਵਿਡ ਵੈਨ ਡੇਵਿਡ ਵੈਨ ਦੇ ਉੱਤੇ ਵੀ ਸਰੀਰਕ ਸ਼ੋਸ਼ਣ ਦੇ ਦੋਸ਼ ਲਾਏ ਨੇ ਇਹਦੇ ਤੋਂ ਬਾਅਦ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਉਹਨਾਂ ਦੇ ਉੱਤੇ ਜਿਵੇਂ ਇੰਡੀਆ ਦੇ ਵਿੱਚ ਆਪਾਂ ਕਹਿੰਦੇ ਕਿ ਬ੍ਰਿਜ ਭੂਸ਼ਣ ਜਾਂ ਉਹਦੇ ਕੁਝ ਕ੍ਰਿੰਦਿਆਂ ਦੇ ਵੱਲੋਂ ਪਲਵਾਨਾਂ ਦੇ ਉੱਤੇ ਦਬਾਅ ਪਾਇਆ ਜਾ ਰਿਹਾ ਹੈ ਇਧਰੋਂ ਵੀ ਖਬਰ ਉਸੇ ਤਰ੍ਹਾਂ ਦੀ ਹੈ ਕਿ ਇਸ ਮਹਿਲਾ ਸੰਸਦ ਮੈਂਬਰ ਦੇ ਉੱਤੇ ਆਪਣੇ ਦੋਸ਼ ਵਾਪਸ ਲੈਣ ਲਈ ਦਬਾਅ ਪਾਇਆ ਜਾ ਰਿਹਾ ਹੈ ਲਿਡੀਆ ਥੋਰਪ ਨੇ ਦੱਸਿਆ ਕਿ ਸ਼ਰੀਕ ਸ਼ੋਸ਼ਣ ਦਾ ਹਰ ਕਿਸੇ ਲਈ ਮਾਇਨਾ ਵੱਖਰ ਵੱਖਰਾ ਹੋ ਸਕਦਾ ਹੈ ਉਹਨਾਂ ਨੇ ਆਖਿਆ ਕਿ ਮੈਂ ਦਫ਼ਤਰ ਤੋਂ ਜਦੋਂ ਬਾਹਰ ਨਿਕਲਦੀਆਂ ਨਾ ਮੈਨੂੰ ਡਰ ਲੱਗਦਾ ਮੈਂ ਪਹਿਲਾਂ ਥੋੜਾ ਜਿਹਾ ਦਰਵਾਜ਼ਾ ਖੋਲ੍ਹਦੇ ਜਦ ਵਿੱਚ ਠੀਠ ਕਹਿ ਦਿੰਦੇ ਨੇ ਪੰਜਾਬੀ ਵਿੱਚ ਕੰਦੇ ਥੋੜਾ ਜਿਹਾ ਦਰਵਾਜ਼ਾ ਖੋਲ ਕੇ ਉਹਦੇ ਰਾਹੀ ਮੈਂ ਪਹਿਲਾਂ ਬਾਹਰ ਤੱਕਦੀ ਆ ਕਿ ਕਿਤੇ ਕੋਈ ਬਾਹਰ ਖੜਾ ਤਾਂ ਨਹੀਂ ਜਾਂ ਜਦੋਂ ਮੈਂ ਇਮਾਰਤ ਦੇ ਵਿੱਚ ਦਾਖਲ ਹੁੰਦੀ ਆ ਮੈਂ ਇਕੱਲੀ ਨਹੀਂ ਆਉਂਦੀ ਮੈਂ ਆਪਣੇ ਨਾਲ ਕਿਸੇ ਨੂੰ ਰੱਖਦੀ ਆ ਇੰਨੀ ਡਰੀ ਹੋਈ ਆ ਮੈਂ ਉਹਨਾਂ ਨੇ ਇਹ ਵੀ ਕਿਹਾ ਕਿ ਮੇਰੇ ਵਰਗੇ ਕਈ ਹੋਰ ਵੀ ਨੇ ਜਿਨ੍ਹਾਂ ਦਾ ਸਰੀਰਕ ਸ਼ੋਸ਼ਣ ਹੋ ਚੁੱਕਿਆ ਪਰ ਆਪਣਾ ਕੈਰੀਅਰ ਬਰਬਾਦ ਹੋਣ ਦੇ ਡਰੋਂ ਬੋਲੀਆਂ ਨਹੀਂ ਇਹਦੇ ਨਾਲ ਹੀ ਸਾਬਕਾ ਸੰਸਦ ਮੈਂਬਰ ਨੇ ਐਮੈਂਡਾ ਸਟੋਕਰ ਐਮੈਂਡਾ ਸਟੋਕਰ ਨੇ ਵੀ ਲੀਡੀਆ ਦਾ ਸਮਰਥਨ ਕਰ ਦਿੱਤਾ ਉਹਨਾਂ ਨੇ ਵੀ ਦੱਸਿਆ ਕਿ 3 ਸਾਲ ਪਹਿਲਾਂ ਸੰਸਦ ਮੈਂਬਰ ਇਹੀ ਹੈ ਡੇਵਿਡ ਵੈਨ ਡੇਵਿਡ ਵੈਨ ਨੇ ਕਹਿੰਦੇ ਮੈਨੂੰ ਵੀ ਦੋ ਵਾਰ ਗਲਤ ਤਰੀਕੇ ਨਾਲ ਟੱਚ ਕੀਤਾ ਸੀ ਲੀਡੀਆ ਥੋਰਪ ਦੇ ਵੱਲੋਂ ਲਗਾਏ ਸਰੀਰਕ ਸ਼ੋਸ਼ਣ ਦੇ ਦੋਸ਼ਾਂ ਨੂੰ ਲੈਬਰਨ ਪਾਰਟੀ ਦੇ ਸੰਸਦ ਮੈਂਬਰ ਡੇ ਵੈਨ ਨੇ ਖਾਰਜ ਕਰ ਦਿੱਤਾ ਡੇਵਿਡ ਕਹਿੰਦੇ ਨਾ ਮੈਂ ਇਸ ਤਰ੍ਹਾਂ ਦਾ ਕੁਝ ਨਹੀਂ ਕੀਤਾ ਇਹ ਝੂਠ ਬੋਲਦੀ ਹੈ ਉਹਨਾਂ ਨੇ ਆਖਿਆ ਹੈ ਕਿ ਲਿਡਿਆ ਨੇ ਮੇਰੇ ਬਾਰੇ ਜੋ ਕੁਝ ਆਖਿਆ ਉਹ ਸਰਾਸਰ ਗਲਤ ਹੈ ਪਰ ਹਾਂ ਕਹਿੰਦੇ ਇਹ ਦੋਸ਼ਾਂ ਦੀ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ ਜਿਹੜੇ ਇਹਨੇ ਦੋਸ਼ ਲਾਏ ਨੇ ਇਹਦੇ ਨਾਲ ਹੀ ਖਬਰ ਇਹ ਵੀ ਮਿਲ ਰਹੀ ਹੈ ਕਿ ਆਸਟ੍ਰੇਲੀਆ ਦੇ ਵਿਰੋਧੀ ਧਿਰ ਦੇ ਨੇਤਾ ਪੀਟਰ ਨੇ ਡੇਵਿਡ ਨੂੰ ਪਾਰਟੀ ਰੂਮ ਦੇ ਵਿੱਚੋਂ ਬਾਹਰ ਕਰ ਦਿੱਤਾ ਇਹਦਾ ਮਤਲਬ ਇਹ ਹੈ ਕਿ ਉਹ ਸੰਸਦ ਦੇ ਵਿੱਚ ਪਾਰਟੀ ਦੇ ਸੰਸਦ ਮੈਂਬਰਾਂ ਦੇ ਨਾਲ ਨਹੀਂ ਬੈਠ ਸਕਣਗੇ ਆ ਦੋਸ਼ ਲਗਾਏ ਜਾਣ ਤੋਂ ਬਾਅਦ ਇਹ ਕੋਈ ਮਾਮਲਾ ਆਸਟ੍ਰੇਲੀਆ ਦੀ ਸੰਸਦ ਦਾ ਨਵਾਂ ਨਹੀਂ ਆਸਟ੍ਰੇਲੀਆ ਦੀ ਸੰਸਦ ਦੇ ਵਿੱਚ 2021 ਤੋਂ ਸਰੀਰਕ ਸ਼ੋਸ਼ਣ ਦੇ ਕਾਰਨ ਵਿਵਾਦ ਖੜੇ ਹੋ ਰਹੇ ਨੇ। ਜਾਂ ਮੈਂ ਆਖ ਸਕਦਾ ਕਿ ਵਿਵਾਦਾਂ ਦੇ ਵਿੱਚ ਸੰਸਦ ਘिरी ਹੋਈ ਹੈ। 2021 ਦੇ ਵਿੱਚ ਆਸਟ੍ਰੇਲੀਆ ਦੀ ਹੋਈ ਇੱਕ ਸਰਕਾਰੀ ਕਰਮਚਾਰੀ ਸੀ। ਉਹਨੇ ਆਪਣੇ ਕੁਲੀਗ ਦੇ ਨਾਲ ਜਿਸ ਦਾ ਨਾਮ ਬਰੂਸ ਲੇਰਮਨ ਸੀ। ਉਹਦੇ ਉੱਤੇ 2019 ਦੇ ਵਿੱਚ ਆਪਣੇ ਹੀ ਦਫ਼ਤਰ ਦੇ ਵਿੱਚ ਸੋਫੇ ਦੇ ਉੱਤੇ ਸ਼ਰਾਬ ਪੀਣ ਤੋਂ ਬਾਅਦ ਉਹਦੇ ਨਾਲ ਜ਼ਬਰਜਨਾ ਕਰਨ ਦੇ ਦੋਸ਼ ਲਾ ਦਿੱਤੇ ਸੀ। ਦੇ ਤੋਂ ਬਾਅਦ ਇੱਕ ਸਰਕਾਰੀ ਜਾਂਚ ਵਿੱਚ ਇਹ ਗੱਲ ਵੀ ਸਾਹਮਣੇ ਆਈ ਸੀ ਕਿ ਆਸਟ੍ਰੇਲੀਆ ਦੀ ਸੰਸਦ ਦੇ ਵਿੱਚ ਸਰੀਰਕ ਸ਼ੋਸ਼ਣ ਅਤੇ ਇਸ ਤਰ੍ਹਾਂ ਦੇ ਕਈ ਹੋਰ ਮਾਮਲੇ ਐ ਜਿਹੜੇ ਸਾਹਮਣੇ ਆਏ ਸੀ ਸੰਸਦ ਦੇ ਵਿੱਚ ਕੰਮ ਕਰਨ ਵਾਲੇ ਤਿੰਨ ਵਿਅਕਤੀਆਂ ਨੇ ਕਿਹਾ ਸੀ ਕਿ ਉਹਨਾਂ ਦੇ ਨਾਲ ਵੀ ਇਸੇ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ ਸਿਡਨੀ ਮਾਰਨਿੰਗ ਹਿਰਾल्ड ਇੱਕ ਅਖਬਾਰ ਹੈ ਉਹਦੀ ਰਿਪੋਰਟ ਦੇ ਅਨੁਸਾਰ ਲੇਡੀਆ ਥੋਰਪ ਦੇ ਮਾਮਲੇ ਨੇ ਸੰਸਦ ਨੂੰ 2021 ਦੇ ਕਾਲੇ ਦੌਰ ਦੇ ਵਿੱਚ ਇੱਕ ਵਾਰ ਫਿਰ ਤੋਂ ਲਿਆ ਕੇ ਖੜਾ ਕਰ ਦਿੱਤਾ ਹੈ 2021 ਦੇ ਵਿੱਚ ਵੀ ਇਸੇ ਤਰੀਕ ਨਾਲ ਸੰਸਦ ਚਰਚਾ ਵਿੱਚ ਆ ਗਈ ਸੀ ਜਦੋਂ ਉਸ ਵਕਤ ਕੁਝ ਇੱਕ ਕਰਮਚਾਰੀਆਂ ਨੇ ਇਸ ਤਰ੍ਹਾਂ ਦੇ ਦੋਸ਼ ਲਗਾ ਦਿੱਤੇ ਸੀ ਸੋ ਦੋਸਤੋ ਇਹ ਸੀ ਕੁਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਮਾਂ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲੋਂ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇਰਾ ਬਰਾਖਾ